सरकार कह रही है भाई बिजली के बिल तुम अपनी 50% लेबर घटा दो, पर हम नाल दी नाल ही सरकार ये कह रही है बिल तुम पूरा दो। ਪੰਜਾਬ ਵਿੱਚ ਅੱਜ ਧਰਨਿਆਂ ਦਾ ਦਿਨ ਹੈ। ਇੱਕ ਪਾਸੇ ਅੱਜ ਅਕਾਲੀ ਦਲ ਭਾਜਪਾ ਵੱਲੋਂ ਸੂਬੇ ਭਰ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਬਿਜਲੀ ਬਿੱਲਾਂ ਨੂੰ ਲੈ ਕੇ ਡੀਸੀ ਦਫ਼ਤਰ ਘੇਰੇ ਗਏ ਨੇ। ਤਸਵੀਰਾਂ ਲੁਧਿਆਣਾ ਦੇ ਡੀਸੀ ਦਫ਼ਤਰ ਦੀਆਂ ਨੇ, ਜਿੱਥੇ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢੀ ਗਈ ਹੈ। ਤਿੰਨੋਂ ਪਾਰਟੀਆਂ ਇਕੱਠੇ ਹੀ ਡੀਸੀ ਦਫ਼ਤਰ ਪੁੱਜੀਆਂ ਅਤੇ ਡੀਸੀ ਦਫ਼ਤਰ ਦੇ ਬਾਹਰ ਹੀ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਨੁਕਾ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਸਸਤੀ ਬਿਜਲੀ ਦਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਬਣਨ ਤੋਂ ਬਾਅਦ ਬਿਜਲੀ ਰੇਟਾਂ ਵਿੱਚ ਕਈ ਗੁਣਾ ਵਾਅਦਾ ਕਰ ਦਿੱਤਾ ਗਿਆ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਬਿਜਲੀ ਸਸਤੀ ਕਰਨ ਦੀ ਥਾਂ ਵਾਈਟ ਪੇਪਰ ਲਿਆਉਣ ਦੀਆਂ ਗੱਲਾਂ ਕਰ ਰਹੀ ਹੈ, ਜਿਸ ਨਾਲ ਕਿ ਲੋਕਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੇਗੀ। ਅੱਜ ਦਾ ਪ੍ਰੋਟੈਸਟ ਬਿਜਲੀ ਦੇ ਵੱਡੇ ਵੱਡੇ ਲੋਕਾਂ ਨੂੰ ਆ ਰਹੇ ਬਿੱਲ ਆ। ਸਰਕਾਰ ਨੇ ਪਹਿਲਾਂ ਕਿਹਾ ਸੀ 350 ਕਰੋੜ ਦਾ ਰਾਹਤ ਪੈਕੇਜ ਅਸੀਂ ਵੱਡੇ ਵਪਾਰੀਆਂ ਅਤੇ ਛੋਟੇ ਵਪਾਰੀਆਂ ਨੂੰ ਦਊਂਗੇ। ਸਰਕਾਰ ਮੁੱਕਰ ਗਈ। ਹੁਣ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਵੀ ਬਿਜਲੀ ਦੇ ਬਿੱਲ ਤੁਸੀਂ ਆਪਣੀ 50% ਲੇਬਰ ਘਟਾ ਦਿਓ, ਪਰ ਹੁਣ ਨਾਲ ਦੀ ਨਾਲ ਹੀ ਸਰਕਾਰ ਇਹ ਕਹਿ ਰਹੀ ਹੈ ਬਿੱਲ ਤੁਸੀਂ ਪੂਰਾ ਦਿਓ। ਅੱਜ ਹਰ ਵਪਾਰੀ ਵਰਗ ਦੀਆਂ ਦੁਕਾਨਾਂ ਬੰਦ ਆ, ਕੰਮ ਚੱਲਿਆ ਨਹੀਂ, ਪਰ ਬਿੱਲ ਡਬਲ 10 ਤੋਂ 15 ਰੁਪਏ ਯੂਨਿਟ ਬਿਜਲੀ ਬਿੱਲ ਆ ਰਹੇ ਆ। ਕਰੋਨਾ ਦੇ ਚੱਲਦੇ ਆ ਅੱਜ ਰੋਟੀ ਦੀ ਸਮੱਸਿਆ ਦਾ ਹੱਲ ਕਿੱਥੋਂ ਨਿਕਲੂ ਜੇ ਸਰਕਾਰ ਇਸ ਤਰ੍ਹਾਂ ਕਰੂਗੀ। ਅੱਜ ਘਰ ਘਰ ਰੋਜ਼ਗਾਰ ਦੇਣ ਵਾਲੀ ਸਰਕਾਰ, ਬਿਜਲੀ 5 ਰੁਪਏ ਯੂਨਿਟ ਦੇਣ ਵਾਲੀ ਸਰਕਾਰ ਦੇ ਜਵਾਕ ETT ਕਰਕੇ ਝੋਨਾ ਲਾ ਰਹੇ ਆ ਅਤੇ MSc BEd ਕਰਕੇ ਭੱਠੇ ਦੀਆਂ ਇੱਟਾਂ ਪੱਤ ਰਹੇ ਆ। ਸਰਕਾਰ ਆਮ ਲੋਕਾਂ ਦੀ ਨਜ਼ਰ ਤੋਂ ਗਿਰ ਚੁੱਕੀ ਹੈ। ਕਿਉਂਕਿ ਸਰਕਾਰ ਜਿਹੜੇ ਅੰਦਰ ਅੱਜ ਪ੍ਰੋਟੈਸਟ ਕਰਕੇ ਲੈ ਕੇ ਗਏ ਆ ਮੈਮੋਰੈਂਡਮ, ਉਹਨਾਂ ਨੂੰ ਤਾਂ ਪਤਾ ਅਸੀਂ ਐਗਰੀਮੈਂਟ ਸਾਈਨ ਕੀਤੇ ਹੋਏ ਆ ਵੱਡੇ ਵੱਡੇ, ਖਤਮ ਹੀ ਨਹੀਂ ਹੋ ਸਕਦੇ। ਇਹਨਾਂ ਦਾ ਕਰਜ਼ਾ ਹੀ ਇੰਨਾ ਦੇਣਾ ਪੈਣਾ, ਸਾਨੂੰ ਦੇਣਾ ਹੀ ਪੈਣਾ। ਇਹ ਬੈਠਣ ਸਰਬ ਪਾਰਟੀ ਇੱਕ ਦਿਨ ਸੈਸ਼ਨ ਬੁਲਾਉਣ ਸਰਬ ਪਾਰਟੀਜ਼ ਦਾ, ਇੱਥੇ ਬੈਠ ਕੇ ਡਿਸਕਸ ਕਰੀਏ ਵੀ ਕਿਹਦੀ ਕਰਕੇ ਬਿਜਲੀ ਦਾ ਰੇਟ ਵਧਿਆ, ਛੇਤੀ ਤੋਂ ਛੇਤੀ ਕਿੰਨੇ ਰਾਹਤ ਪੈਕੇਜ ਇਹਨਾਂ ਨੂੰ ਦਿੱਤਾ ਜਾਵੇ। ਪਰ ਸਰਕਾਰ ਦੀ ਇੱਦਾਂ ਦੀ ਕੋਈ ਮਨਸ਼ਾ ਨਹੀਂ, ਕਿਉਂਕਿ ਜਿਹੜਾ ਕੁਛ ਪਹਿਲਾਂ ਬਠਿੰਡੇ ਜਾਂਦਾ ਸੀ ਹੁਣ ਮੋਤੀ ਮਹਿਲ 'ਚ ਜਾਣ ਲੱਗ ਗਿਆ। ਦੂਜੇ ਪਾਸੇ ਅਕਾਲੀ ਦਲ ਭਾਜਪਾ ਵੱਲੋਂ ਵੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਅਕਾਲੀ ਦਲ ਭਾਜਪਾ ਵੱਲੋਂ ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਭੇਜਿਆ ਰਾਸ਼ਨ ਲੋਕਾਂ ਤੱਕ ਨਾ ਪਹੁੰਚਾਉਣ ਦਾ ਇਲਜ਼ਾਮ ਲਾਇਆ ਗਿਆ ਹੈ। ਅਕਾਲੀ ਆਗੂ ਸਰਨਜੀਤ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਲੋਕਾਂ ਨੂੰ ਵੰਡਣ ਵਾਲਾ ਰਾਸ਼ਨ ਕਾਂਗਰਸੀਆਂ ਵੱਲੋਂ ਦੁਕਾਨਾਂ 'ਤੇ ਵੇਚਿਆ ਗਿਆ। ਇਸ ਦੇ ਨਾਲ ਹੀ ਗਰੀਬ ਵਰਗ ਦੇ ਨੀਲੇ ਕਾਰਡ ਕੱਟਣ, ਜਾਲੀ ਸ਼ਰਾਬ ਦੀਆਂ ਫੈਕਟਰੀਆਂ ਫੜਨ ਸਣੇ ਕਈ ਵੱਡੇ ਮੁੱਦਿਆਂ 'ਤੇ ਅਕਾਲੀ ਭਾਜਪਾ ਗਠਜੋੜ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਕੋਈ ਇੱਕ ਮੰਗ ਨਹੀਂ ਹੈ, ਬਹੁਤ ਸਾਰੀਆਂ ਮੰਗਾਂ ਨੇ ਜਿਹੜੇ ਮੌਜੂਦਾ ਕਾਂਗਰਸੀ ਸਰਕਾਰ ਆ ਹਰੇਕ ਫਰੰਟ ਤੋਂ ਫੇਲ ਹੋਈ ਹੈ। ਆਹ ਨੀਲੇ ਕਾਰਡਾਂ ਨੇ ਗਰੀਬ ਵਰਗ ਦੇ ਲੋਕਾਂ ਦਾ ਕਚੁੰਬ ਕੱਢ ਕੇ ਰੱਖਤਾ। 6-6, 7-7, 8-8, 10-10 ਹਜ਼ਾਰ ਕਾਰਡ ਹਰੇਕ ਹਲਕੇ ਦੇ ਵਿੱਚ ਕੱਟ ਕੇ ਰੱਖਤਾ। ਅੱਜ ਗਰੀਬ ਚਾਰਾ ਰੋਂਦਾ ਫਿਰਦਾ। ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗਵਾਹੀ ਦੇ ਥੱਲੇ ਹਾਈ ਕੋਰਟ 'ਚ ਗਏ। ਹਾਈ ਕੋਰਟ ਨੇ ਇਹਨਾਂ ਨੂੰ ਝਾੜਾਂ ਪਾਈਆਂ ਕਿ ਗਰੀਬਾਂ ਦੇ ਕਾਰਡ ਕਿਉਂ ਕੱਟੇ। ਬੇਸ਼ੱਕ ਇਹਨਾਂ ਨੇ ਕਿਹਾ ਅਸੀਂ ਉਹਨਾਂ ਕਾਰਡ ਦੁਆਰਾ ਬਹਾਲ ਕਰਾਂਗੇ, ਪਰ ਸਾਨੂੰ ਆਸ ਕੋਈ ਨਹੀਂ। ਲੇਕਿਨ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਜਿੰਨੀ ਦੇਰ ਲੋਕਾਂ ਦੇ ਹੱਕ ਨਹੀਂ ਦਿੰਦੇ, ਲੋਕਾਂ ਦੇ ਕਾਰਡ ਨਹੀਂ ਬਹਾਲ ਕਰਦੇ, ਅਸੀਂ ਸਰਕਾਰ ਨੂੰ ਇਸ ਤਰੀਕੇ ਦੇ ਨਾਲ ਸੌਣ ਨਹੀਂ ਦੇਵਾਂਗੇ, ਲੋਕਾਂ ਦੇ ਕਾਰਡ ਬਣਾ ਕੇ ਰਹਾਂਗੇ। ਇਕੱਲੇ ਕਾਰਡਾਂ ਦਾ ਮਸਲਾ ਨਹੀਂ ਹੈ, ਜਾਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, ਲੋਕ ਵਿਚਾਰੇ ਉਹ ਭੈੜੇ ਨਸ਼ੇ ਦੇ ਨਾਲ ਅੱਜ ਬਰਬਾਦ ਹੋ ਰਹੇ ਨੇ। ਸ਼ਰਾਬਾਂ ਦੀਆਂ ਫੈਕਟਰੀਆਂ ਫੜੀਆਂ ਗਈਆਂ, ਲੇਕਿਨ ਉਹਨਾਂ ਗੁਨਾਹਗਾਰਾਂ ਦੇ ਖਿਲਾਫ਼ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਾਲੀ ਬੀਜ ਘੁਟਾਲੇ ਤਾਂ ਫੜੇ ਗਏ, ਲੇਕਿਨ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਨ ਨੂੰ ਤਿਆਰ ਕੋਈ ਨਹੀਂ। ਸੋ ਮੈਂ ਸਮਝਦਾ ਵੱਖ ਵੱਖ ਘੁਟਾਲੇ ਪੰਜਾਬ 'ਚ ਫੜੇ ਜਾ ਰਹੇ ਨੇ। ਆਹ ਟੈਕਸੀਆਂ ਦੇ ਅਲੱਗ ਰੋਂਦੇ ਫਿਰਦੇ ਆ ਵਿਚਾਰੇ, ਕਹਿੰਦੇ ਸਾਡੇ ਕੋਲ ਜਦੋਂ 3 ਮਹੀਨੇ ਲੋਕਡਾਊਨ ਰਿਹਾ ਅਸੀਂ ਕਿੱਥੋਂ ਟੈਕਸ ਦੇਈਏ। ਜਿਹੜੀਆਂ ਬੱਸਾਂ ਨੇ ਸਕੂਲਾਂ ਦੀਆਂ ਬੱਸਾਂ ਕਿੱਥੋਂ ਪੈਸੇ ਦੇਣ, ਜਾਂ ਸਕੂਲੇ ਬੰਦ ਪਏ ਨੇ। ਸੋ ਇਹ ਕਾਂਗਰਸ ਮੌਜੂਦਾ ਸਰਕਾਰ ਧੱਕਾ ਕਰ ਰਹੀ ਹੈ। ਸੋ ਜਿੰਨੀ ਦੇਰ ਇਹ ਸਰਕਾਰ ਦੇ ਕੋਲੋਂ ਅਸੀਂ ਇਹ ਚੀਜ਼ਾਂ ਬਹਾਲ ਨਹੀਂ ਕਰਵਾ ਲੈਂਦੇ, ਉਹਨੇ ਅਸੀਂ ਟਿੱਕੇ ਘਰੇ ਨਹੀਂ। ਸਰ ਇੱਕ ਆਮ ਦੁਕਾਨਾਂ ਨੂੰ ਤਾਂ 5 ਵਜੇ ਤੱਕ ਦੀ ਛੂਟ ਦਿੱਤੀ ਗਈ ਹੈ, ਪਰ ਸ਼ਰਾਬ ਦੇ ਠੇਕੇ 8 ਵਜੇ ਤੱਕ। ਹਾਂ ਜੀ, ਇਹਨਾਂ ਨੂੰ ਜੋ ਆਪਣਾ ਕੰਮ ਚਾਹੀਦਾ ਉਹ ਸਾਰਾ ਕੁਝ ਖੁੱਲ੍ਹਾ, ਬਾਕੀ ਕੋਈ ਲੋੜ ਨਹੀਂ। ਦੱਸ ਦਈਏ ਕਿ ਅੱਜ ਪੰਜਾਬ ਭਰ ਵਿੱਚ ਅਕਾਲੀ ਦਲ ਸਣੇ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਜਾਰੀ ਨੇ।
तिना ही पार्टियां वालों डीसीज नूं मंग पत्र सौंपे गए ने अते पंजाब विच बिजली रेट घट करन सने तमाम मुद्दे ते विधानसभा दा इजलास बुलाउण दी मंग कीती जा रही है। पर हाले इन्हां मामलियां ते कांग्रेस सरकार पूरी तरह चुप्पी वट्टी हुई है। लुधियाणा तो लखविंदर सिंह, पंजाबी लोक चैनल।